ਇਹਨਾਂ ਤਿੰਨਾਂ ਨੂੰ ਮਾਰ ਮਾਰ ਕੇ ਇਹਨਾਂ ਦਾ ਕਾਲਾ ਲੂਨ ਬਣਾ ਦੇ। ਆ ਗਿਆ ਓ ਮੇਰਾ ਭਰਾ, ਇਹਨੇ ਜਿੱਦੋ ਕਰਾਟੇ ਸਿੱਖੇ ਆ, ਤੁਹਾਡੀ ਖੈਰ ਨਹੀਂ। ਓ ਨਹੀਂ, ਜਿੱਦੋ ਕਰਾਟੇ ਸਿੱਖੇ ਆ, ਆਓ ਬਈ ਆ ਗਏ। ਓਏ ਕੌਣ ਆ ਛੋਟੀ ਬਤਕ? ਓਏ ਅਸੀਂ ਤੇਰਾ ਵੀ ਫੜ ਕੇ ਆਵਾਜ਼ਾਂ ਵਜਾ ਦਿਆਂਗੇ। ਮੈਂ ਤੈਨੂੰ ਕਿਹਾ ਕੁਛ ਭਾਈ, ਮੇਰੇ ਵੀਰ ਨੇ ਓ ਡੁੱਟ ਕੇ ਤੁਹਾਡੇ ਕਿੱਕਾਂ ਮਾਰਨੀਆਂ। ਚੱਲ ਵੇ ਵੀਰਾ, ਇਹਨਾਂ ਕੋ ਆਪਣੀ ਭੈਣ ਦੇ ਰਬੱਟੇ ਦਾ ਹਿਸਾਬ ਲੈ, ਹੁਣ ਵੇਖਿਓ ਬਦਮਾਸ਼ਾ। ਓਏ ਦੇ ਓਏ ਮੇਰੀ ਭੈਣ ਦਾ ਆਵਾਜ਼ਾ, ਸਾਨੂੰ ਕੋਈ ਜਿੱਡੋ ਕਰਾਟੇ ਕਰੂਟੇ ਮਾਰ ਕੇ ਦਿਖਾ, ਕੋਈ ਕਿੱਕ ਸ਼ਿਕ ਮਾਰ ਤੇਰਾ ਪਤਾ ਲੱਗੇ। ਫਿੱਟੇ ਮੂੰਹ ਇਹੋ ਜਿਹੇ ਭਰਾ ਦਾ, ਉਹ ਤਰਸ ਖਾ ਕੇ ਮੈਨੂੰ ਬਾਜਾ ਦੇ ਗਏ। ਇੱਧਰ ਆ ਜਾ ਜਿੱਦੇ, ਇੱਧਰ ਖਲੋਤਾ ਮੈਂ। ਕੀ ਗੱਲ ਆ, ਘਰ ਨੂੰ ਤਾਲਾ ਲਾ ਕੇ ਸਾਰੀ ਫੈਮਿਲੀ ਗੱਡੀ 'ਚ ਬੈਠੀ ਆ? ਆਹੋ ਯਾਰ, ਬਸ ਮੇਰਾ ਪਿਕਨਿਕ ਨੂੰ ਦਿਲ ਕਰ ਰਿਹਾ ਸੀ, ਮੈਂ ਸੋਚਿਆ ਚਲੋ ਯਾਰ ਅੱਜ ਕਾਰ ਦੇ ਵਿੱਚ ਹੀ ਕੈਂਪਿੰਗ ਕਰਦੇ ਆ, ਜੰਗਲ 'ਚ ਸ਼ੇਰ ਦਾ ਖਰਚਾ ਕਰਾਉਣ ਕੀ ਜਾਣਾ, ਉਹਨੇ ਐਵੇਂ ਰੋਟੀ ਪਕਾ ਲੈਣੀ ਸੀ। ਜਿਹੜੀ ਗੱਲ ਸਹੀ ਆ ਉਹ ਦੱਸ। ਓਏ ਅਸੀਂ ਕੋਈ ਗੱਲ ਨਹੀਂ ਜਿੱਦੇ, ਤੈਨੂੰ ਦੱਸਿਆ ਤੇ ਆ ਪਿਕਨਿਕ ਮਨਾਉਣ ਨੇ, ਹੋਰ ਅਸੀਂ ਕਿਹੜਾ ਮੋਟਰਵੇ ਤੇ ਸਟਾਪ ਕਰਕੇ ਬੋਤਲਾਂ ਪੀਣੇ। ਚਲੋ ਬੱਚੋ, ਸਲਾਮ ਕਰੋ ਆਪਣੇ ਚਾਚੇ ਜਿੱਦੇ ਨੂੰ। ਚਾਹੋ ਨਿਕਲ ਇੱਥੋਂ, ਤੁਸੀਂ ਕਬਾਬ ਕਬੂਬ ਖਾਓ ਤੇ ਮੈਂ ਤੁਹਾਡੇ ਚਾਚੇ ਜਿੱਦੇ ਦੇ ਨਾਲ ਇੱਕ ਜ਼ਰੂਰੀ ਗੱਲ ਕਰ ਲਵਾਂ, ਤੇ ਗੱਡੀ ਦਾ ਸ਼ੀਸ਼ਾ ਨਾ ਖੋਲਿਓ। ਉਹ ਤਾਂ ਪਹਿਲੇ ਹੈ ਨਹੀਂ, ਐਵੇਂ ਚਵਲਾ ਮਾਰੀ ਜਾਂਦਾ ਅੱਬਾ, ਕੋਈ ਹੈ ਗੱਲ ਕਰਨ ਵਾਲੀ? ਚੱਲ ਅਸਲਮ, ਹੁਣ ਤੇ ਢਿੱਡ ਦੀ ਗੱਲ ਦੱਸ ਦੇ ਯਾਰ। ਤੈਨੂੰ ਪਤਾ ਹੀ ਹੈ ਯਾਰ, ਦੁਕਾਨ ਤੇ ਮੇਰੀ ਚੱਲੀ ਕੋਈ ਨਹੀਂ, ਉੱਤੋਂ ਬੈਂਕ ਦੇ ਕਰਜ਼ੇ ਨੇ ਮੈਨੂੰ ਕੁੱਬਾ ਕਰ ਦਿੱਤਾ, ਮੈਂ ਬਰਬਾਦ ਹੋ ਗਿਆ। ਕਿਹਨੇ ਕੀਤਾ? ਮੇਰੀ ਕਿਸਮਤ ਨੇ ਕੀਤਾ, ਤੂੰ ਵੀ ਤੇ 70 ਰੁਪਈਆਂ 'ਚ ਮੇਰੇ ਕੋਲ 2 ਲੱਖ ਦੀਆਂ ਚੀਜ਼ਾਂ ਲੈ ਗਿਆ, ਦਿਲ ਕਰਦਾ ਕੋਈ ਨਵੀਂ ਪੈਂਟ ਪਾ ਕੇ ਮਰ ਜਾ। ਤੇਰਾ ਕਸੂਰ ਆ? ਆਹੋ ਜਿਹੜਾ ਤੇਰਾ ਹਮਜ਼ਾਇਆ ਬਣ ਗਿਆ, ਹੁਣ ਮੈਂ ਖਾਲੀ ਰੇਹੜੀ ਲੈ ਕੇ ਕੱਲੀਆਂ ਮੱਖੀਆਂ ਵੇਚਾਂਗਾ, ਹੋਰ ਮੇਰੇ ਕੋਲ ਤੇ ਰਹਿ ਕੁਛ ਨਹੀਂ ਗਿਆ, ਜਾਂ ਮੈਂ ਜ਼ਹਿਰ ਖਾ ਲੈਣੀ ਹੈ। ਮੇਰੀ ਵਜ੍ਹਾ ਤੋਂ ਸਾਰਾ ਕੁਛ ਹੋਇਆ? ਉਹ ਨਹੀਂ ਯਾਰ, ਤੂੰ ਤੇ ਕੰਮ ਕਰਨ ਤੋਂ ਮੈਨੂੰ ਮਨਾ ਕੀਤਾ ਸੀ, ਪਰ ਮੈਨੂੰ ਕੀ ਪਤਾ ਸੀ ਤੂੰ ਐਡਾ ਵੱਡਾ ਨੈਸ਼ ਹੈ ਯਾਰ। ਆ ਜਾ ਜੱਫੀ ਪਾ ਕੇ ਦੋਵੇਂ ਰੋਈਏ, ਜ਼ਰਾ ਮਜ਼ਾ ਤੇ ਆਵੇ ਯਾਰ। ਨਾ ਮੈਂ ਤੈਨੂੰ ਮਰਨ ਦੇਣਾ ਤੇ ਨਾ ਮੈਂ ਤੈਨੂੰ ਜੀਣ ਦੇਣਾ। ਇਹ ਕੀ ਕਰਨ ਡਿਆ ਓਏ, ਨੱਕ ਪੂੰਜੀ ਜਾਣ ਡਿਆ? ਮੇਰੇ ਕੋਲ ਰੁਮਾਲ ਨਹੀਂ ਹੈਗਾ, ਮੇਰੇ ਕੋਲ ਤੇ 100 ਰੁਪਈਆ ਨਹੀਂ ਰਹਿ ਗਿਆ, ਬੱਚਿਆਂ ਨੂੰ ਰੋਟੀ ਕਿੱਥੋਂ ਦਊਂਗਾ? ਤੂੰ ਜਾ ਕੇ ਦੁਕਾਨ ਖੋਲ, ਬਾਕੀ ਕੰਮ ਮੇਰੇ ਤੇ ਛੱਡ ਦੇ। ਉਹ ਕੁਛ ਵੀ ਨਹੀਂ ਹੋਣਾ ਜਿੱਦੇ। ਓਏ ਤੂੰ ਸ਼ੌਪ ਖੋਲ। ਹੈਲੋ, ਤੂੰ ਇੱਕ ਵਾਰੀ ਖੱਬੇ ਹੱਥ ਨਾਲ ਬੋਤਲ ਖੋਲਣ ਵਾਲੀ ਚਾਬੀ ਲੱਭ ਰਿਹਾ ਸੀ, ਉਹ ਚਾਬੀ ਤੇਰੀ ਲੱਭ ਗਈ ਆ। ਅੱਛਾ, ਉਹ ਕਿੱਥੋਂ ਲੱਭਦੀ ਆ? ਛੇਤੀ ਨਾਲ ਐਡਰੈਸ ਦੱਸ, ਮੈਂ ਪਹੁੰਚਿਆ ਬਸ। ਇਹ ਤੇ ਮੇਰੇ ਲਈ ਬਹੁਤ ਵੱਡੀ ਆਸਾਨੀ ਹੋ ਗਈ ਆ, ਮੈਨੂੰ ਐਡਰੈਸ ਦੱਸ ਤੇ ਮੈਂ ਹੁਣੇ ਹੀ ਆਇਆ ਤੇਰੇ ਕੋਲ। ਜੇਡੇ ਦਾ ਫੋਨ ਆਇਆ, ਉਹਨੂੰ ਕਹਿ ਘਰ ਨਹੀਂ ਹੈਗਾ, ਉਹਨੇ ਖੱਬੇ ਹੱਥ ਦੀ ਕੈਂਚੀ ਲੱਭ ਲਈ ਹੈ। ਛੇਤੀ ਪੁੱਛ ਕਿੱਥੇ ਆ? ਖੁੱਲ ਜਾ ਤੇਲੀ, ਇਹਨੂੰ ਕਿਸੇ ਤਰੀਕੇ ਖੋਲ ਯਾਰ। ਸਰ ਉਨੀ ਦੇਰ ਤੱਕ ਤੁਸੀਂ ਸ਼ਿਕਾਇਤਾਂ ਪੜੋ। ਹਾਂ, ਖੱਬੇ ਹੱਥ ਨਾਲ ਡੱਬਾ ਖੋਲਣ ਵਾਲੀ ਚਾਬੀ, ਉਹ ਵੀ ਮੇਰੇ ਲਈ? ਸਰ ਕਿੱਥੋਂ? ਆ ਜਾ, ਤੈਨੂੰ ਮੈਂ ਹੁਣੇ ਲੈ ਕੇ ਚੱਲਦਾ। ਵੇ ਛੇਤੀ ਆ ਜਾ, ਅਸਲਮ ਸਾਡੀ ਦੁਕਾਨ ਤੇ ਬਹੁਤ ਸਾਰੇ ਗਾਹਕ ਇਕੱਠੇ ਹੋਏ। ਕਿਸੇ ਵੀ ਖੱਬੇ ਹੱਥ ਵਾਲੇ ਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ, ਹਰ ਸ਼ੈ ਲੱਭੇਗੀ। ਜਿੱਦੇ ਆਓ, ਪਿਓ ਦਾ ਮਾਲ ਸਮਝ ਕੇ ਲੈ ਜਾਓ, ਮਗਰ ਪੈਸੇ ਦੇ ਕੇ। ਯਾਰ ਬੜੀ ਗੱਲ ਹੈ, ਇੱਥੋਂ ਹਰ ਸ਼ੈ ਮਿਲ ਜਾਂਦੀ ਹੈ। ਕੋਈ ਮੇਰਾ ਖੱਬਾ ਬੂਟ ਹੀ ਗੁਆਚਾ ਸੀ, ਮੈਨੂੰ ਉਹ ਵੀ ਇੱਥੋਂ ਲੱਭ ਜਾਏਗਾ। ਹਾਏ, ਸਦਕੇ ਜਾਵਾਂ ਉਸ ਬੰਦੇ ਦੇ ਜਿੰਨੇ ਆ ਖੱਬੇ ਹੱਥ ਵਾਲੀ ਚਾਬੀ ਬਣਾ ਤੀ। ਇਹ ਡੱਬਾ ਤੇ ਹੁਣ ਇੰਜ ਖੋਲਦਾ ਹੈ ਜਿਵੇਂ ਕਿ ਨੌਂ ਨੂੰ ਵੇਖ ਕੇ ਸੱਸ ਦਾ ਮੂੰਹ ਖੋਲਦਾ ਹੈ। ਕੀ ਬਾਤ ਹੈ, ਖੱਬੇ ਹੱਥ ਦੇ ਐਲਬਮ ਮੈਂ ਤੇ ਸਾਰੇ ਖਰੀਦ ਕੇ ਜਾਣੇ ਆ। ਖੱਬੇ ਹੱਥ ਦਾ ਨਾਂ ਚਾਕੂ ਬਾਜੀ। ਮੈਂ ਇੱਕ ਫੈਕਟਰੀ ਦਾ ਮਾਲਕ ਆ ਤੇ ਇਸ ਵਾਸਤੇ ਇਹ ਡੱਬਾ ਖੋਲਣ ਵਾਲੀਆਂ ਸਾਰੀਆਂ ਚਾਬੀਆਂ ਤੇ ਆਓ ਤੇਰੀ ਕਾਰ ਵੀ ਖਰੀਦਣਾ ਚਾਹਨਾ। ਸਾਰੇ ਖੱਬੇ ਹੱਥ ਦੀ ਕਾਰ ਹੈ ਤੇ 5 ਲੱਖ ਦੀ ਹੈ। ਓਏ ਮੈਂ ਤੈਨੂੰ 10 ਲੱਖ ਦਵਾਂਗਾ। ਲੈ ਬਈ ਜਿੱਦੇ, ਮੇਰੀ ਵੀ ਦੁਆ ਕੇ ਤੂੰ ਇੰਨੀ ਤਰੱਕੀ ਕਰੇ ਕਿ ਸਾਲ 'ਚ 10 ਰੁਪਈਏ ਜਮ੍ਹਾਂ ਕਰ ਲਵੇਂ। ਲਿਆਓ ਜੀ ਫੜਾਓ, ਲੋ ਵੀ ਅੱਜ ਦੀ ਸ਼ਾਮ ਅਸਲਮ ਚੌਧਰੀ ਦੇ ਨਾਮ। ਚਲੋ ਵੀ ਸ਼ੁਰੂ ਹੋ ਜਾਓ, ਆ ਸੋਹਣੇ ਆਵੇ ਜੱਗ ਜਿਉਂਦਿਆਂ ਦੇ ਮੇਲੇ, ਆ ਸੋਹਣੇ ਆਵੇ ਜੱਗ ਜਿਉਂਦਿਆਂ ਦੇ ਮੇਲੇ, ਖਲਮਾਂ ਵਿੱਚ ਨੂੰ ਪਾਵੇ ਖਾਲੇ।